ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੈਲਕਮ ਬੈਕ ਟੂ ਮਿਸਟਰ ਸਿੰਘ ਚੈਨਲ। ਸੋ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨ ਜਾ ਰਹੇ ਹਾਂ ਗ੍ਰੀਸ ਟੂਰਿਸਟ ਵੀਜ਼ਾ। ਸੋ ਬੜੀ ਖੁਸ਼ੀ ਵਾਲੀ ਗੱਲ ਹੈਗੀ ਹੈ, ਬਹੁਤ ਜ਼ਿਆਦਾ ਜਿਹੜੀ ਕੁਐਰੀਜ਼ ਹੈਗੀਆਂ ਸੀ, ਕੁਐਸਚਨਸ ਹੈਗੀਆਂ ਸੀ, ਬੜੇ ਮੈਸੇਜ ਆਉਂਦੇ ਹੁੰਦੇ ਸੀ ਇੰਸਟਾਗ੍ਰਾਮ 'ਤੇ, ਇੱਕ ਵੀਡੀਓਜ਼ ਦੇ ਉੱਤੇ ਕਮੈਂਟ ਆਉਂਦੇ ਸੀ, ਭਾਅ ਜੀ ਗ੍ਰੀਸ ਦਾ ਟੂਰਿਸਟ ਵੀਜ਼ਾ ਓਪਨ ਹੋਇਆ ਜਾਂ ਨਹੀਂ ਹੋਇਆ, ਗ੍ਰੀਸ ਦਾ ਫੈਮਿਲੀ ਵੀਜ਼ਾ ਓਪਨ ਹੋਇਆ ਜਾਂ ਨਹੀਂ ਹੋਇਆ, ਗ੍ਰੀਸ ਦਾ ਸਟੱਡੀ ਵੀਜ਼ਾ ਓਪਨ ਹੋਇਆ ਜਾਂ ਨਹੀਂ ਹੋਇਆ, ਗ੍ਰੀਸ ਦਾ ਵਰਕ ਪਰਮਿਟ ਓਪਨ ਹੋਇਆ ਜਾਂ ਨਹੀਂ ਹੋਇਆ। ਸੋ ਅੱਜ ਦੀ ਵੀਡੀਓ ਦੇ ਵਿੱਚ ਮੈਂ ਤੁਹਾਡੇ ਲਈ ਬੜੀ ਗੁੱਡ ਨਿਊਜ਼ ਹੈਗੀ ਹੈ, ਬਹੁਤ ਖੁਸ਼ਖਬਰੀ ਵਾਲੀ ਗੱਲ ਹੈਗੀ ਹੈ। ਸੋ ਕਿਉਂਕਿ ਮੈਂ ਲਾਸਟ ਟਾਈਮ ਅੰਬੈਸੀ ਨੂੰ ਮੇਲ ਕੀਤੀ ਸੀ ਸੈਟਰਡੇ ਨੂੰ, ਠੀਕ ਹੈ, ਅੱਜ ਮੰਡੇ ਮੈਂ ਵੀਡੀਓ ਬਣਾ ਰਿਹਾ ਰਾਤ ਨੂੰ, ਐਂਡ ਸੈਟਰਡੇ ਈਵਨਿੰਗ ਮੈਂ ਉਹਨਾਂ ਨੂੰ ਮੇਲ ਕੀਤੀ ਸੀ। ਸੋ ਮੈਨੂੰ ਉਹਨਾਂ ਦਾ ਲਾਈਕ ਆਫਟਰ 1 ਆਵਰ ਮੇ ਬੀ 2 ਆਵਰ ਮੈਨੂੰ ਉਹਨਾਂ ਦਾ ਰਿਪਲਾਈ ਆ ਗਿਆ ਸੀ। ਰਿਪਲਾਈ ਆਉਣ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਯੈਸ, ਟੂਰਿਸਟ ਵੀਜ਼ਾ ਜਿਹੜਾ ਓਪਨ ਹੋ ਚੁੱਕਿਆ, ਐਂਡ ਤੁਸੀਂ ਇਸ ਲਿੰਕ 'ਤੇ, ਜਿਹੜਾ ਮੈਂ ਤੁਹਾਡੇ ਨਾਲ ਲਿੰਕ ਡਿਸਕ੍ਰਿਪਸ਼ਨ ਦੇ ਵਿੱਚ ਹੈਗਾ, ਐਂਡ ਪੂਰੀ ਨਿਊਜ਼ ਜਿਹੜੀ ਹੈਗੀ ਹੈ ਡਿਸਕ੍ਰਿਪਸ਼ਨ ਦੇ ਵਿੱਚ ਵੀ ਹੈਗੀ ਹੈ, ਤੁਸੀਂ ਚਾਹ ਕੇ ਪੂਰੀ ਨਿਊਜ਼ ਪੜ੍ਹ ਸਕਦੇ ਹੋ, ਰਾਈਟ। ਸੋ ਜਿਹੜੀ ਮੈਂ ਮੇਲ ਦਾ ਰਿਪਲਾਈ ਆਇਆ ਸੀ, ਮੇਲ ਭੇਜੀ ਸੀ, ਉਹ ਵੀ ਤੁਸੀਂ ਚੈੱਕਆਊਟ ਕਰੋ ਨਾਲ, ਠੀਕ ਹੈ। ਸੋ ਮੇਲ ਤੁਸੀਂ ਦੇਖ ਲਈ ਆਲਰੇਡੀ, ਸੋ ਮਤਲਬ ਕਿ ਪਰੂਫ ਨਾਲ ਗੱਲ ਕਰੀ ਦੀ ਆਪਾਂ, ਬਿਨਾਂ ਪਰੂਫ ਤੋਂ ਗੱਲ ਨਹੀਂ ਕਰਨੀ, ਠੀਕ ਹੈ। ਸੋ ਦੇਖੋ, ਟੂਰਿਸਟ ਵੀਜ਼ਾ ਓਪਨ ਹੋ ਚੁੱਕਿਆ, ਰਾਈਟ। ਸੋ ਅਗਰ ਟੂਰਿਸਟ ਵੀਜ਼ਾ ਦੀ ਪੂਰੀ ਇਨਫੋਰਮੇਸ਼ਨ ਚਾਹੀਦੀ ਹੈ ਕਿਸੇ ਨੂੰ ਵੀ, ਤਾਂ ਵੀਡੀਓ ਥੱਲੇ ਕਮੈਂਟ ਕਰ ਦਿਉ, ਡੈਫੀਨੇਟਲੀ ਪ੍ਰੋਪਰ ਵੇ ਨਾਲ ਹਾਊ ਟੂ ਅਪਲਾਈ ਗ੍ਰੀਸ ਟੂਰਿਸਟ ਵੀਜ਼ਾ 'ਤੇ ਇੱਕ ਵੀਡੀਓ ਆ ਜਾਏਗੀ। ਡਾਕੂਮੈਂਟੇਸ਼ਨਸ ਕਿਹੜੇ ਕਿਹੜੇ ਚਾਹੀਦੇ ਨੇ, ਕਿਵੇਂ ਤੁਸੀਂ ਆਪਣੀ ITR ਜਿਹੜੀ ਹੈ ਮੈਂਸ਼ਨ ਕਰਨੀ ਹੈ, ਆਈਟਨਰੀ ਕਿੱਦਾਂ ਮੈਂਸ਼ਨ ਕਰਨੀ ਹੈ, ਰਾਈਟ। ਸੋ ਪ੍ਰੋਪਰ ਵੇ ਨਾਲ ਬੈਂਕ ਸਟੇਟਮੈਂਟ ਕਿਹੜੇ ਹਿਸਾਬ ਨਾਲ ਤੁਸੀਂ ਉਹਨਾਂ ਨੂੰ ਮੈਂਸ਼ਨ ਕਰਨੀ ਹੈ, ਪ੍ਰੋਪਰ ਇੱਕ ਗਾਈਡੈਂਸ ਜਿਹੜੀ ਹੈ ਤੁਹਾਡੇ ਲਈ ਮੈਂ ਜ਼ਰੂਰ ਲੈ ਕੇ ਆਵਾਂਗਾ। ਅਗਰ ਤੁਹਾਨੂੰ ਵੀਡੀਓ ਚਾਹੀਦੀ ਹੈ ਤਾਂ ਵੀਡੀਓ ਥੱਲੇ ਪਲੀਜ਼ ਕਮੈਂਟ ਕਰ ਦਿਓ। ਸੋ ਉਸ ਤੋਂ ਬਾਅਦ ਸੈਕਿੰਡ ਥਿੰਗ ਆਪਾਂ ਗੱਲ ਕਰਦੇ ਹਾਂ ਸਟੱਡੀ ਵੀਜ਼ਾ ਦੀ। ਆਲਰੇਡੀ ਤੁਹਾਨੂੰ ਪਤਾ ਸਟੱਡੀ ਵੀਜ਼ਾ ਓਪਨ ਹੋ ਗਏ ਨੇ, ਬਹੁਤ ਬੱਚੇ ਜਿਹੜੇ ਆ ਇੰਡੀਆ ਤੋਂ, ਪੰਜਾਬ ਤੋਂ ਸਟੱਡੀ ਵੀਜ਼ਾ 'ਤੇ ਆ ਰਹੇ ਨੇ, ਰਾਈਟ। ਸੋ ਕੁਛ ਸਟੂਡੈਂਟ ਜਿਹੜੇ ਆ ਮੇਰੇ ਨਾਲ ਯੂਟਿਊਬ 'ਤੇ ਆਲਰੇਡੀ ਉਹਨਾਂ ਨੇ ਟਾਈਅਪ ਕੀਤਾ ਸੀ, ਇੰਸਟਾਗ੍ਰਾਮ 'ਤੇ ਇੰਸਟਰਕਸ਼ਨਸ ਲਈਆਂ, ਸੋ ਉਹ ਵੀ ਹੁਣ ਆਲਰੇਡੀ ਜਿਹੜੇ ਆ ਗ੍ਰੀਸ ਦੇ ਵਿੱਚ ਆ ਚੁੱਕੇ ਨੇ। ਸੋ ਬੜੀ ਖੁਸ਼ੀ ਵਾਲੀ ਗੱਲ ਹੈਗੀ ਹੈ, ਬੜਾ ਬਹੁਤ ਜਲਦੀ ਰਿਵਿਊ ਵੀ ਮੈਂ ਲੈ ਕੇ ਆਵਾਂਗਾ, ਠੀਕ ਹੈ। ਸੋ ਤੁਸੀਂ ਉਹ ਵੀ ਦੇਖ ਲਿਆ ਜੀ, ਪਰੂਫ ਲੈ ਕੇ ਆਵਾਂਗਾ, ਇੱਦਾਂ ਨਹੀਂ ਆਪਾਂ ਗੱਲਾਂ ਨਹੀਂ ਕਰਨੀਆਂ, ਮੈਂ ਪਰੂਫ ਦੇ ਨਾਲ ਗੱਲਾਂ ਕਰਨੀਆਂ। ਸੋ ਥਰਡ ਥਿੰਗ ਦੀ ਆਪਾਂ ਗੱਲ ਕਰਦੇ ਹਾਂ ਵਰਕਿੰਗ ਵੀਜ਼ਾ ਦੀ। ਸੋ ਵਰਕਿੰਗ ਵੀਜ਼ਾ ਵੀ ਓਪਨ ਹੋ ਚੁੱਕਿਆ, ਅਗਰ ਤੁਸੀਂ ਲਾਈਕ ਆਲਰੇਡੀ ਤੁਹਾਡੇ ਕੋਲ ਆਫਰ ਲੈਟਰ ਹੈਗੀ ਹੈ, ਪਹਿਲਾਂ 2 ਸਾਲ ਜਿਹੜਾ 2019 ਅਤੇ 2020 ਦੇ ਵਿੱਚ ਜਿਹੜੇ ਵਰਕ ਲੈਟਰ ਜਿਹੜੇ ਤੁਹਾਡੇ ਕੋਲ ਆਏ ਹੋਏ ਹੈ, ਠੀਕ ਹੈ, ਬਟ ਤੁਸੀਂ ਅਪਲਾਈ ਨਹੀਂ ਕਰ ਸਕੇ ਕਿਉਂਕਿ ਕੋਵਿਡ ਕਰਕੇ ਸਭ ਕੁਝ ਬੰਦ ਹੋ ਗਿਆ ਸੀ, ਬਟ ਹੁਣ ਵਰਕ ਵੀਜ਼ਾ ਵੀ ਗ੍ਰੀਸ ਦੇ ਓਪਨ ਹੋ ਚੁੱਕੇ ਨੇ, ਰਾਈਟ। ਸੋ ਤੁਸੀਂ ਆਪਣੇ ਏਜੰਟ ਨਾਲ ਗੱਲ ਕਰੋ, ਆਪਣੀਆਂ ਜਿਹੜੀਆਂ ਫਾਈਲਾਂ ਅਗਰ ਦਿੱਲੀ ਅੰਬੈਸੀ ਦੇ ਵਿੱਚ ਲੈ ਕੇ ਆਓ, ਪਹੁੰਚਾਓ ਜਲਦੀ ਤੋਂ ਜਲਦੀ, ਐਂਡ ਆਪਣੇ ਵਰਕ ਪਰਮਿਟ ਹੈ ਜਿਹੜੇ ਤੁਸੀਂ ਅਪਲਾਈ ਕਰੋ, ਬਟ ਨਵੀਆਂ ਫਾਈਲਾਂ ਦੀ ਜਿਹੜੀ ਹੈਗੀ ਹੈ ਉਹ ਨਹੀਂ ਲੱਗ ਰਹੇ, ਰਾਈਟ। ਸੋ ਉਹਨਾਂ ਲਈ ਥੋੜ੍ਹਾ ਜਿਹਾ ਇੱਕ ਸੈਡ ਵਾਲੀ ਗੱਲ ਹੈ, ਰਾਈਟ। ਸੋ ਥਰਡ ਥਿੰਗ ਆਪਾਂ ਗੱਲ ਕਰਦੇ ਹਾਂ ਜੀ ਤੁਹਾਡਾ ਲਾਈਕ ਟਾਈਪ ਡੀ ਵੀਜ਼ਾ ਦੇ, ਅਗਰ ਤੁਹਾਡੀ ਫੈਮਿਲੀ ਵੀਜ਼ਾ ਦੀ ਗੱਲ ਕਰੀਏ। ਸੋ ਜਿਨ੍ਹਾਂ ਨੇ ਆਪਣੀਆਂ ਫਾਈਲਾਂ ਆਲਰੇਡੀ ਆਪਣੇ ਫੈਮਿਲੀ ਨੂੰ ਬੁਲਾਉਣ ਲਈ ਲਗਾਈਆਂ ਹੋਈਆਂ ਨੇ, ਉਹ ਵੀ ਆਪਣੀ ਫੈਮਿਲੀ ਨੂੰ ਗ੍ਰੀਸ ਦੇ ਵਿੱਚ ਬੁਲਾ ਸਕਦੇ ਨੇ, ਉਹਨਾਂ ਲਈ ਬਹੁਤ ਖੁਸ਼ੀ ਵਾਲੀ ਗੱਲ ਹੈਗੀ ਹੈ। ਅਗਰ ਕੋਈ ਵੀ ਪਰਸਨ ਮੇਰੀ ਵੀਡੀਓ ਗ੍ਰੀਸ ਦੇ ਵਿੱਚ ਬਹਿ ਕੇ ਦੇਖ ਰਿਹਾ ਹੈ, ਸੋ ਅਗਰ ਆਪਣੇ ਫੈਮਿਲੀ ਮੈਂਬਰ ਨੂੰ ਤੁਸੀਂ ਟੂਰਿਸਟ ਵੀਜ਼ਾ 'ਤੇ ਬੁਲਾਉਣਾ ਚਾਹੁੰਦੇ ਹੋ ਕ੍ਰਿਸਮਿਸ 'ਤੇ, ਕਿਉਂਕਿ ਕ੍ਰਿਸਮਿਸ ਆ ਰਹੀ ਹੈ, ਰਾਈਟ, ਨੈਕਸਟ ਮੰਥ ਦਸੰਬਰ ਦੇ ਵਿੱਚ ਆਪਣੇ ਫੈਮਿਲੀ ਮੈਂਬਰ ਨੂੰ ਤੁਸੀਂ ਕ੍ਰਿਸਮਿਸ 'ਤੇ ਇਨਵਾਈਟ ਕਰ ਸਕਦੇ ਹੋ, ਅਗਰ ਤੁਹਾਡੇ ਕੋਲ ਇੱਥੋਂ ਦੇ ਰੈਜ਼ੀਡੈਂਟ ਪਰਮਿਟ ਹੈਗੇ ਨੇ, ਜਾਂ ਤੁਸੀਂ ਇੱਥੇ ਲੀਗਲ ਹੈਗੇ ਹੋ, ਟੈਕਸ ਪੇ ਕਰ ਰਹੇ ਹੋ, ਕੰਮ ਕਰ ਰਹੇ ਹੋ, ਸੋ ਵਟ ਐਵਰ, ਤੁਹਾਨੂੰ ਪਤਾ ਇਸ ਚੀਜ਼ ਬਾਰੇ। ਸੋ ਆਪਣੀ ਫੈਮਿਲੀ ਨੂੰ ਤੁਸੀਂ ਇਨਵਾਈਟ ਕਰ ਸਕਦੇ ਹੋ, ਸਪੋਂਸਰ ਕਰ ਸਕਦੇ ਹੋ ਆਪਣੇ ਫੈਮਿਲੀ ਮੈਂਬਰਸ ਨੂੰ, ਰਾਈਟ। ਸੋ ਅਗਰ ਤੁਸੀਂ ਤੁਹਾਡੀ ਆਪਣੀ ਵਾਈਫ ਨੂੰ ਬੁਲਾਉਣਾ ਚਾਹੁੰਦੇ ਹੋ, ਠੀਕ ਹੈ, ਲਾਈਕ ਸਪਾਊਸ ਵੀਜ਼ਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਆਪਣੀ ਵਾਈਫ ਨੂੰ ਬੁਲਾਉਣਾ ਚਾਹੁੰਦੇ ਹੋ, ਤੁਸੀਂ ਆਪਣੀ ਫੈਮਿਲੀ ਵੀਜ਼ਾ ਜਿਹੜਾ ਹੈਗਾ, ਫੈਮਿਲੀ ਰੀਯੂਨੀਫਿਕੇਸ਼ਨ, ਜਿਹੜੇ ਫੈਮਿਲੀ ਵੀਜ਼ਾ ਹੁੰਦੇ ਆ, ਉਹ ਵੀ ਤੁਸੀਂ ਆਪਣੇ ਸੈਕਿੰਡ ਸਟੇਜ ਵਾਲੇ, ਜਿਹੜੇ ਨਵੇਂ ਨਹੀਂ, ਨਵੀਆਂ ਫਾਈਲਾਂ ਜਿਹੜੀਆਂ ਤੁਸੀਂ ਨਹੀਂ ਅਪਲਾਈ ਕਰ ਸਕਦੇ, ਐਂਡ ਨਾ ਹੀ ਤੁਸੀਂ VFS ਗਲੋਬਲ ਦੇ ਵਿੱਚ ਅਪਾਇੰਟਮੈਂਟ ਲੈ ਸਕਦੇ। ਸੋ ਜਿਨ੍ਹਾਂ ਦੀ ਆਲਰੇਡੀ ਆ ਫਾਈਲਾਂ ਐਕਸੈਪਟ ਹੋ ਚੁੱਕੀਆਂ ਨੇ, ਸੈਕਿੰਡ ਸਟੇਜ ਤੇ ਪਹੁੰਚ ਚੁੱਕੇ ਨੇ, ਡਿਸਕ੍ਰਿਪਸ਼ਨ ਦੇ ਵਿੱਚ ਨਿਊਜ਼ ਦੇ ਵਿੱਚ ਲਿਖਿਆ ਹੋਇਆ, ਜਿਹੜੇ ਫੈਮਿਲੀ ਰੀਯੂਨੀਫਿਕੇਸ਼ਨ ਵਾਲੀਆਂ ਫਾਈਲਾਂ ਜਿਹੜੀਆਂ ਹੈਗੀਆਂ ਨੇ ਆਲਰੇਡੀ ਸੈਕਿੰਡ ਸਟੇਜ 'ਚ ਪਹੁੰਚ ਚੁੱਕੀਆਂ ਨੇ, ਮਤਲਬ ਕਿ ਐਕਸੈਪਟ ਹੋ ਚੁੱਕੀਆਂ ਨੇ ਫੈਮਿਲੀ ਵੀਜ਼ਾ ਲਈ, ਦਿੱਲੀ ਅੰਬੈਸੀ ਦੇ ਵਿੱਚ ਪਹੁੰਚ ਚੁੱਕੀਆਂ ਨੇ, ਸੋ ਉਹ ਜਲਦੀ ਤੋਂ ਜਲਦੀ ਆਪਣੀ ਫੈਮਿਲੀਆਂ ਨੂੰ VFS ਗਲੋਬਲ ਦੇ ਵਿੱਚ ਭੇਜਣ, ਪ੍ਰੋਪਰ ਫਾਈਲ ਦੇ ਨਾਲ, ਅਤੇ ਵੀਜ਼ਾ ਲੈ ਕੇ ਗ੍ਰੀਸ ਵਿਜ਼ਿਟ ਕਰੋ ਕ੍ਰਿਸਮਿਸ 'ਤੇ, ਰਾਈਟ। ਸੋ ਉਸ ਤੋਂ ਬਾਅਦ ਅਗਰ ਆਪਾਂ ਗੱਲ ਕਰੀਏ ਤੁਹਾਡੇ ਨੋਰਮਲੀ ਟੂਰਿਸਟ ਵੀਜ਼ਾ ਦੀ, ਸੋ ਟੂਰਿਸਟ ਵੀਜ਼ਾ ਲਈ ਅਗਰ ਤੁਹਾਨੂੰ ਪ੍ਰੋਪਰ ਇਨਫੋਰਮੇਸ਼ਨ ਚਾਹੀਦੀ ਹੈ, ਸਭ ਪਲੀਜ਼ ਵੀਡੀਓ ਥੱਲੇ ਕਮੈਂਟ ਕਰ ਦਿਓ। ਬਾਕੀ ਤੁਹਾਡੇ ਲਈ ਬੜੀ ਵਧੀਆ ਖੁਸ਼ੀ ਵਾਲੀ ਗੱਲ ਹੈਗੀ ਹੈ, ਸਾਰਿਆਂ ਨੂੰ ਕੰਗ੍ਰੈਚੁਲੇਸ਼ਨ, ਗ੍ਰੀਸ ਦਾ ਟੂਰਿਸਟ ਵੀਜ਼ਾ ਓਪਨ ਹੋ ਚੁੱਕਿਆ ਹੈ ਇੰਡੀਅਨਸ ਲਈ, ਐਂਡ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿੰਨੇ ਵੀ ਬੰਦੇ ਗ੍ਰੀਸ ਟੂਰਿਸਟ ਵੀਜ਼ਾ 'ਤੇ ਆਉਣਾ ਚਾਹੁੰਦੇ ਹੈ। ਅਗਰ ਤੁਹਾਨੂੰ ਕਿਸੇ ਤਰ੍ਹਾਂ ਦੀ ਕੋਈ ਹੈਲਪ ਚਾਹੀਦੀ ਹੈ, ਹੋਟਲ ਬੁਕਿੰਗ ਦੇ ਵਿੱਚ ਕੋਈ ਹੈਲਪ ਚਾਹੀਦੀ ਹੈ, ਠੀਕ ਹੈ, ਆਈਟਨਰੀ, ਗ੍ਰੀਸ ਆਈਟਨਰੀ ਸਪੈਸ਼ਲ, ਅਗਰ ਤੁਹਾਨੂੰ ਕੋਈ ਹੈਲਪ ਚਾਹੀਦੀ ਹੈ, ਤੁਸੀਂ
ਚਲੋ ਜਿੱਦਾਂ ਵੀ ਹੈ ਬਹੁਤ ਵਧੀਆ ਹੈ, ਗੁੱਡ ਨਿਊਜ਼ ਹੈਗੀ ਸਾਰਿਆਂ ਲਈ। ਸੋ ਠੀਕ ਹੈ, ਕਿਸੇ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਵੀਡੀਓ ਥੱਲੇ ਕਮੈਂਟ ਕਰ ਦਿਓ, ਤੁਹਾਨੂੰ ਪ੍ਰੋਪਰ ਮੇਰੇ ਨਾਲ ਗਾਈਡੈਂਸ ਮਿਲੇਗੀ। ਆਈ ਹੋਪ ਜਿਹੜੀ ਆ ਗੁੱਡ ਨਿਊਜ਼ ਤੁਹਾਨੂੰ ਬਹੁਤ ਵਧੀਆ ਲੱਗੀ ਹੋਏਗੀ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।